ਪਹਿਲੀਆਂ ਸਰਕਾਰਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਅਸੀਂ ਚਲੋ ਆਸ ਕੀਤੀ ਨਵੀਂ ਸਰਕਾਰ ਤੋਂ ਕਰਾਂਗੇ, ਚਲੋ ਹੁਣ ਨਵੀਂ ਸਰਕਾਰ ਕਰੀ ਰਸ਼ ਕਰ ਦਿੰਦੇ ਜਦੋਂ ਨੌਕਰੀ ਦਿੱਤੀ ਜਾਵੇ। ਸਰ ਹੁਣ ਚੱਕਰ ਤਾਂ ਕਿ ਨੌਜਵਾਨ, ਤੁਹਾਨੂੰ ਪਤਾ ਬੇਰੁਜ਼ਗਾਰੀ ਬਹੁਤ ਜ਼ਿਆਦਾ, ਸਭ ਤੋਂ ਮਾਰ ਤਾਂ ਵੱਡੀ ਆ ਬੇਰੁਜ਼ਗਾਰੀ ਦੀ। ਆਪਣੇ ਬੱਚੇ ਕਰੀ BA ਪੜ੍ਹੇ, ਮੈਂ ਇੱਥੇ ਝੋਨਾ ਲਾਉਂਦੀ ਹਾਂ ਸਰ। ਸਪੋਰਟਸ ਨੂੰ ਸਪੋਰਟ ਕਰੇ, ਕੋਈ ਸਟੇਡੀਅਮ ਬਣਾਇਆ ਹੋਵੇ, ਪਿੰਡ ਪਿੰਡ ਅਕੈਡਮੀ ਖੋਲ੍ਹੀ ਜਾਵੇ, ਸਟੇਡੀਅਮ ਦਿੱਤੇ ਜਾਣ, ਗਰਾਊਂਡਾਂ ਦਿੱਤੀਆਂ ਜਾਣ ਅਤੇ ਬੱਚਿਆਂ ਨੂੰ ਖੇਡਾਂ ਦਿਆਉਣ। ਹੁਣ ਅੱਜ ਕੱਲ੍ਹ ਬੱਚੇ ਮੋਬਾਈਲ 'ਤੇ ਜੋ ਮਿਲਦੇ ਸਰ ਉਹ ਕਰਨਾ, ਕੋਈ ਨਸ਼ੇ 'ਚ ਵੜੀ ਜਾਂਦਾ, ਕੋਈ ਬੱਚਾ ਪੜ੍ਹਦਾ, ਟੈਨਸ਼ਨ ਨਹੀਂ ਆ ਹੁੰਦਾ ਕਿ ਮੈਂ ਕੀ ਕਰਾਂ ਹੁਣ, ਮੈਂ ਕਿਤੇ ਜਾਵਾਂ, ਅਤੇ ਇਸ ਕਰਕੇ ਮਾੜੀ ਸੰਗਤ 'ਤੇ ਬਹਿਣ ਕਰਕੇ ਬੰਦੇ ਮਾੜੀ ਸੰਗਤ ਜਾਂਦੇ ਆ। ਸਰ ਜਿਹੜਾ 15 ਅਗਸਤ 'ਤੇ ਜਿਹੜਾ ਸਮਾਨਿਤ ਕੀਤਾ, ਤੁਹਾਨੂੰ ਪਛਾਣ ਪੱਤਰ ਦਿੱਤਾ ਤੁਹਾਨੂੰ ਮੈਂ, ਅਤੇ ਉਹ ਤੋਂ ਇਲਾਵਾ ਕੋਈ ਸਮਾਨਿਤ ਨਹੀਂ ਕੀਤਾ, ਕੋਈ ਸਰਕਾਰ ਦਰਬਾਰ ਆ ਕੋਈ ਸਾਡੇ ਕੋਲ ਨਹੀਂ ਆਇਆ। ਬਸ ਇੰਨਾ ਕਹਿ ਦਿੰਦੇ ਤੁਹਾਨੂੰ ਨੌਕਰੀ ਦਿੰਦੇ ਆ, ਅਪਲਾਈ ਦੇ ਦਿਓ, ਐਪਲੀਕੇਸ਼ਨ ਦੇ ਦੀ ਸਰ, ਬਾਏ ਕੋਈ ਪੁੱਛਦਾ ਨਹੀਂ। ਤਾਂ ਅੱਜ ਅਸੀਂ ਪਹੁੰਚੇ ਹਾਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸਰਹੱਦੀ ਇਲਾਕੇ ਦੇ ਵਿੱਚ ਭੋਜਣਾਵਾਲਾ ਵਿੱਚ। ਅੱਜ ਆਪਾਂ ਗੱਲ ਕਰਾਂਗੇ ਇੱਕ ਐਸੇ ਨਾਮਵਰ ਖਿਡਾਰੀ ਦੀ ਜਿਹਨੇ ਪਿੰਡ ਤਰਨ ਤਾਰਨ ਜ਼ਿਲ੍ਹੇ, ਪੂਰੇ ਪੰਜਾਬ ਅਤੇ ਪੂਰੇ ਇੰਡੀਆ ਦਾ ਨਾਮ ਜਿਹੜਾ ਉਹ ਕਰਾਟਿਆਂ ਦੀ ਗੇਮ ਵਿੱਚ ਜਿਹੜਾ ਰੋਸ਼ਨ ਕੀਤਾ ਸੀ। ਉਹਨੇ ਹਰ ਜਗ੍ਹਾ ਤੋਂ ਤਗਮੇ ਜਿੱਤ ਕੇ ਸਰਕਾਰ ਦਾ ਅਤੇ ਪੰਜਾਬ ਦਾ ਜਿਹੜਾ ਸਿਰ ਉੱਚਾ ਕੀਤਾ ਸੀ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਇੰਨੀ ਨਲਾਇਕੀ ਸਾਹਮਣੇ ਆਈ ਕਿ ਉਸ ਨੌਜਵਾਨ ਨੂੰ ਕੋਈ ਸਹੂਲਤ ਦਾ ਕਿਧਰੇ ਕੋਈ ਨੌਕਰੀ ਲਾਰੇ ਲਾ ਲਾ ਕੇ ਉਹਨਾਂ ਨੂੰ ਬਿਨੇ ਪੱਤਰ ਲੈ ਕੇ ਕੋਈ ਵੀ ਸਹੂਲਤ ਜਾਂ ਨੌਕਰੀ ਨਹੀਂ ਦਿੱਤੀ ਗਈ। ਪਰ ਉਸ ਨੌਜਵਾਨ ਦਾ ਅਜੇ ਵੀ ਹੌਂਸਲਾ ਜਿਹੜਾ ਉਹ ਪਹਾੜ ਵਾਂਗੂ ਬੁਲੰਦ ਆ, ਕਿਉਂਕਿ ਉਹ ਅੱਜ ਵੀ ਸਰਕਾਰ ਦੇ ਜਿਹੜੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਜਿਹੜੇ ਲੋਕ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ 6ਵੇਂ ਦਰਿਆ ਵਿੱਚ ਬਹਿ ਚੁੱਕੇ ਆ ਜਾਂ ਬੇਰੁਜ਼ਗਾਰੀ ਕਰਕੇ ਨਸ਼ਿਆਂ ਦੇ ਵਿੱਚ ਰੁੱਝ ਗਏ, ਉਹਨਾਂ ਨੂੰ ਇੱਕ ਕਬੱਡੀ ਜਿਹੜਾ ਇੱਕ ਪਲਾ ਬਣਾ ਕੇ ਕਬੱਡੀ ਸਿਖਾ ਰਿਹਾ ਹੈ ਅਤੇ ਆਪਣੇ ਖਰਚੇ 'ਤੇ ਆਪਣੇ ਕੋਲੋਂ ਉਹਨਾਂ ਨੂੰ ਘਰ ਰੱਖ ਕੇ ਨਸ਼ਿਆਂ ਤੋਂ ਦੂਰ ਕਰਕੇ ਉਹਨਾਂ ਨੂੰ ਕਬੱਡੀ ਦੀ ਗੇਮ ਵਿੱਚ ਪਾ ਰਿਹਾ ਹੈ। ਅਤੇ ਕਬੱਡੀ ਦੇ ਵਿੱਚ ਵੀ ਉਸ ਨੌਜਵਾਨ ਨੇ ਪੂਰਾ ਨਾਂ ਕਮਾਇਆ ਜਿਸ ਨੂੰ ਲੈ ਕੇ ਸਰਕਾਰਾਂ ਆਪਣਾ ਸਿਰ ਫਕਰ ਨਾਲ ਉੱਚਾ ਕਰ ਸਕਦੀਆਂ ਹੈ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਉਸ ਨੌਜਵਾਨ ਨੂੰ ਕੋਈ ਵੀ ਸਹੂਲਤ ਬੇਰੁਜ਼ਗਾਰੀ ਕਾਰਨ ਕੋਈ ਵੀ ਨਹੀਂ ਮਿਲੀ। ਉਹ ਅੱਜ ਵੀ ਸਰਹੱਦੀ ਇਲਾਕਾ ਹੋਣ ਕਰਕੇ ਨਸ਼ੇ ਦਾ ਜ਼ਿਆਦਾ ਮੂੰਹ ਵਾਲਾ ਹੈ, ਜਿਸ ਕਰਕੇ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਢਾ ਕੇ ਆਪਣੇ ਕੋਲੋਂ ਉਹਨਾਂ ਨੂੰ ਖੁਰਾਕ ਦੇ ਕੇ ਅਤੇ ਕਬੱਡੀ ਦੀ ਜਿਹੜੀ ਕੋਚਿੰਗ ਕਰ ਰਿਹਾ ਹੈ। ਸਾਡੇ ਨਾਲ ਨੇ ਬਲਬੀਰ ਸਿੰਘ ਜੀ ਮੱਲਾ, ਜਿਹਦਾ ਪੂਰੇ ਇੰਡੀਆ ਦੇ ਵਿੱਚ ਇੱਕ ਨਾਂ ਸੀ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਉਹ ਅੱਜ ਵੀ ਆਪਣੇ ਘਰ ਵਿੱਚ ਬੱਚਿਆਂ ਨੂੰ ਜਿਹੜੀ ਆ ਟ੍ਰੇਨਿੰਗ ਦੇ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਦੇ ਪਹਿਲਾਂ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ। ਸਰ ਮੈਂ ਰੋਜ਼ਾਨਾ ਸਪੋਕਸਮੈਨ ਦਾ ਧੰਨਵਾਦ ਕਰਦਾ ਕਿ ਜਿਹੜੀ ਆਪਣੀ ਸਾਡੇ ਤੱਕ ਪਹੁੰਚੇ ਆ, ਬਹੁਤ ਬਹੁਤ ਧੰਨਵਾਦ, ਤਾਂ ਕਿ ਇਹ ਸਰਕਾਰ ਤੱਕ ਤੁਹਾਡੇ ਚੈਨਲਾਂ ਰਾਹੀਂ ਹੀ ਆਵਾਜ਼ ਪਹੁੰਚਾ ਸਕੀ। ਸਰ ਬਲਬੀਰ ਸਿੰਘ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਸਾਨੂੰ ਕਦੋਂ ਜਿਹੜਾ ਇਹ ਕਰਾਟਿਆਂ ਦਾ ਸ਼ੌਂਕ ਪਿਆ ਅਤੇ ਕਿਹੜੀ ਸੰਨ ਵਿੱਚ ਅਸੀਂ ਖੇਡਣਾ ਸ਼ੁਰੂ ਕੀਤਾ ਸੀ? ਸਰ ਮੈਂ 2006 'ਚ ਖੇਡਿਆ, ਸਟੇਟ ਲੈਵਲ ਆਪਣਾ ਹੋਇਆ ਸੀ ਗੁਰਦਾਸਪੁਰ, ਉੱਥੇ ਆਇਆ ਗੋਲਡ ਮੈਡਲ ਲਈ। ਉਸ ਤੋਂ ਬਾਅਦ ਸਰ 6 ਤੋਂ ਲੈ ਕੇ 13 ਤੱਕ ਮੈਂ ਖੇਡਦਾ ਰਿਹਾ ਕਰਾਟੇ। ਸਰ ਹਾਂਜੀ, ਅਤੇ ਕਿਹੜੇ ਸਾਡੇ ਉਸਤਾਦ ਸਨ, ਕਿੱਥੋਂ ਅਸੀਂ ਸਿੱਖਿਆ ਅਤੇ ਕਿਹੜੇ ਕਿਹੜੇ ਦੇਸ਼ਾਂ 'ਚ ਅਸੀਂ ਖੇਡਣ ਗਏ? ਸਰ ਮੈਂ ਆਪਣਾ ਉਸਤਾਦ ਮੇਰੇ ਹੈਗੇ ਥਾਪਾ ਸਾਰੀ ਨੇਪਾਲ ਦੇ ਕੋਈ, ਜਿਹਨੇ ਆਪਾਂ ਨੂੰ ਟ੍ਰੇਨਿੰਗ ਦਿੱਤੀ ਆ। ਅਤੇ ਸਰ ਮੈਂ ਗਿਆ ਆਪਣਾ ਸਿੰਗਾਪੁਰ, ਥਾਈਲੈਂਡ, ਮਲੇਸ਼ੀਆ, ਅਤੇ ਆਪਣੇ ਜਦੇ USA ਹੋਈ ਸਿਲੈਕਸ਼ਨ ਹੋਈ ਸੀ ਆਪਣੀ ਗੁਰਦਾਸਪੁਰ, ਉਹ 'ਚ ਲਿਆ ਭਾਗ, ਉਹ 'ਚ ਵੀ ਆਪਾਂ ਦੂਜੇ ਨੰਬਰ 'ਤੇ ਆਏ ਹਾਂ। ਏਸ਼ੀਆ ਗੋਲਡ ਮੈਡਲ ਹੋਇਆ ਜਲੰਧਰ PAPA, ਉਹ 'ਚ ਵੀ ਆਪਾਂ ਗੋਲਡ ਮੈਡਲ ਆਇਆ। ਜਿੱਦਾਂ ਬਲਬੀਰ ਸਿੰਘ ਜੀ, ਜਦੋਂ ਵੀ ਕੋਈ ਅੱਜ ਕੱਲ੍ਹ ਦਾ ਖਿਡਾਰੀ ਉੱਥੋਂ ਕੋਈ ਸੋਨੇ ਦਾ ਜਾਂ ਸਿਲਵਰ ਦਾ ਤਗਮਾ ਲੈ ਕੇ ਆਉਂਦਾ ਹੈ, ਸਰਕਾਰਾਂ ਨਾਲ ਹੀ ਐਲਾਨ ਕਰ ਦਿੰਦੇ ਆ ਇਹਨੂੰ DSP ਦੀ, ਇਹਨੂੰ ਇਨਸਾਫ ਇੰਸਪੈਕਟਰ ਦੀ, ਇਹਨੂੰ ਇੰਸਪੈਕਟਰ ਦੀ ਜਿਹੜੀ ਨੌਕਰੀ ਦਿੱਤੀ ਜਾਊਗੀ, ਤੁਹਾਡੇ ਨਾਲ ਫਿਰ ਇਹ ਵਿਤਕਰੇਬਾਜ਼ੀ ਕਿਉਂ ਕੀਤੀ ਗਈ? ਸਰ ਪਤਾ ਨਹੀਂ, ਸਰਕਾਰਾਂ ਪਹਿਲੀਆਂ ਸਰਕਾਰਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਅਸੀਂ ਚਲੋ ਆਸ ਕੀਤੀ ਨਵੀਂ ਸਰਕਾਰ ਤੋਂ ਕਰਾਂਗੇ, ਚਲੋ ਹੁਣ ਨਵੀਂ ਸਰਕਾਰ ਕਰੀ, ਰਸ਼ ਕਰ ਦਿੰਦੇ ਜਦੋਂ ਨੌਕਰੀ ਦਿੱਤੀ ਜਾਵੇ। ਸਰ ਮੈਂ ਆਪਣੇ ਖੇਡ ਮੰਤਰੀ ਰਾਣਾ ਜੀ ਬਣੇ ਕਾਂਗਰਸ ਸਰਕਾਰ, ਉਹਨਾਂ ਨਾਲ ਫੋਨ 'ਤੇ ਕਨੈਕਟ ਕੀਤਾ, ਚਲੋ ਤੁਹਾਡੇ ਚੈਨਲ ਵਰਗੇ ਕੋਈ ਵੀਰ ਭਰਾ ਆਏ ਸੀ ਉਹਨਾਂ ਕਨੈਕਟ ਕਰਾਇਆ ਸੀ, ਅਤੇ ਅਸੀਂ ਉਹਨਾਂ ਨੂੰ ਮਿਲ ਕੇ ਆਏ, ਐਪਲੀਕੇਸ਼ਨ ਦਿੱਤੀ, ਉਹ ਤੁਹਾਨੂੰ ਦਿੱਤੀ ਐਪਲੀਕੇਸ਼ਨ, ਤੁਸੀਂ ਵੇਖ ਲਿਓ, ਪਰ ਉਹਨਾਂ ਕੋਈ ਐਪਲੀਕੇਸ਼ਨ ਦਾ ਜਵਾਬ ਨਹੀਂ ਦਿੱਤਾ, ਅਤੇ ਨਾ ਕੋਈ ਨੌਕਰੀ ਨਾ ਕੋਈ ਸਹੂਲਤ। ਸਰ ਅਤੇ ਆਹ 2013 ਚਲੋ ਅਕਾਲੀ ਸਰਕਾਰ ਸੀ, ਉਹਨਾਂ ਆਪਾਂ ਨੂੰ ਵਾਰਡ ਦਿੱਤਾ, ਅਤੇ ਸਮਾਈ ਜਿਹੜੀ ਮਿਲਦੇ ਹੁੰਦੇ ਪਲੇਅਰਾਂ ਦੇ ਪੈਸੇ, ਉਹ ਸਮਾਈ ਆਉਂਦੇ ਹੁੰਦੇ ਸੀ, ਉਹ ਵੀ ਬੰਦ ਕਰਤੇ ਨਵੀਆਂ ਸਰਕਾਰਾਂ। ਸਰ ਉਹ ਵੀ ਨਹੀਂ ਆਉਂਦੇ ਹੁਣ। ਜਿੱਦਾਂ ਆਪਾਂ ਕਬੱਡੀ ਦਾ ਜਿਹੜਾ ਸਿਹਰਾ ਜਿਹੜਾ ਅਕਾਲੀ ਸਰਕਾਰ ਨੂੰ ਦੇ ਸਕਦੇ ਹਾਂ, ਕਿਉਂ ਇਹਨਾਂ ਨੇ ਵਰਲਡ ਲੈਵਲ 'ਤੇ ਜਿਹੜਾ ਵਰਲਡ ਕੱਪ ਦਾ ਜਿਹੜਾ ਰਿਕਾਰਡ ਬਣਾਇਆ, ਪਰ ਮੁੜ ਕੇ ਜਿਹੜੀਆਂ ਸਰਕਾਰਾਂ ਨੇ ਇਸ ਖੇਡ ਦੀ ਸਾਰ ਹੀ ਨਹੀਂ ਲਈ। ਹਾਂਜੀ ਸਰ, ਸਾਲੀ ਸਰਕਾਰ ਨੇ ਕਬੱਡੀ ਦਾ ਮਹਾਂਖੇਡ ਕਬੱਡੀ ਨੂੰ ਗਾਂਹ ਲਿਆਂਦਾ ਸੀ, ਪਰ ਜਿਹੜੀਆਂ ਦੋਵੇਂ ਸਰਕਾਰਾਂ ਆਈਆਂ ਕਬੱਡੀ ਕੁਛ ਨਹੀਂ ਆਉਂਦੇ। ਆਹ ਨਵੀਂ ਸਰਕਾਰ 'ਚ ਤਾਂ ਪਤਾ ਨਹੀਂ ਕੀ ਚੱਕਰ ਆ, ਭਲਵਾਨਾਂ ਦੇ ਵਹਿਰੀ ਪਈ ਆ, ਕਿਤੇ ਗੋਲੀ ਚੱਲ ਜਾਵੇ ਕੋਈ ਚੱਲ ਜਾਵੇ,
चलो कल दे नवे डी जी पी आए अपने एरिए दे इन्हें बहुत वधिया काम किया जिहड़ा इनकाउंटर किया इन्हां बंदियां नूं उह ते मिली जाणी जिहड़े गंदे अंसर आ उह इन्हां थोड़ा डर पै जूगा सर जिद्दां तुसीं हुण कबड्डी दी जिहड़ी कोचिंग दे रहे हो सब तो जिहड़ा इलाका है सरहदी इलाका होण करके नशिआं दे विच वी पूरी तरह बदनाम आ मानदे जे इस गल नूं बिल्कुल बदनाम आ क्यों लोग अज भी जिहड़े शहरां च बैठे आ जां होर पंजाब लेवल दे उह कहिंदे सरहदी इलाके विच नशा जिहड़ा बहुत आ शरेआम आउंदा ते किते ना किते इह गल सच वी आ क्यों साडे नौजवान जिहड़े नशिआं दे छेवें दरिया च पूरी तरह बह चुके ने सर हुण चक्कर तां कि नौजवान तुहानूं पता बेरोजगारी बहुत ज़्यादा सब तो मार ते वड्डी आ बेरोजगारी की अपने बच्चे कई बी ए बी ए पढ़े मैं इत्थे झूना लाउंदी वेखे सर क्योंकि सरकार सहूलत नहीं देण दी कोई ते ना ही कोई स्पोर्ट्स नूं सपोर्ट करन रिहा स्पोर्ट्स नूं सपोर्ट करे कोई स्टेडियम बनाए हुए पिंड पिंड अकैडमी खोली जाए स्टेडियम दिते जाण ग्राउंडां दित्तियां जाण ते बच्चे नूं खेडां दिवाउण हुण अजकल बच्चे मोबाइल ते जो वी सर उही करना कोई नशे च वड़ी जांदा कोई बच्चा पढ़ता टेंशन नहीं आ कि मैं की करां हुण मैं कित्थे जावां ते इस करके माड़ी संगत बहन करके बंदे माड़ी संगत चलदे आ जे सरकार सपोर्ट करे चलो हुण जदों आपां अपने इत्थे अकैडमी चलाउंदे आ अपने लागे लागे पंजां पिंडां दे मुंडे आउंदे आ आपां ट्रेनिंग देने फ्री ट्रेनिंग देने कोई देंदे आ जे अपनी सरकार सहूलत करे ਇਹਨਾਂ ਬੱਚਿਆਂ ਨੂੰ ਆਪਾਂ ਗਾਹਾਂ ਤੱਕ ਲੈ ਸਕਦੇ ਹਾਂ ਕਰਾਟਿਆਂ ਦੇ ਵਿੱਚ ਕਿਹੜਾ ਕਿਹੜਾ ਮੈਡਲ ਜਿਹੜਾ ਤੁਸੀਂ ਜਿੱਤਿਆ ਅਤੇ ਕਿਹੜਾ ਕਿਹੜਾ ਸਰਟੀਫਿਕੇਟ ਉਸ ਸਮੇਂ ਤੁਹਾਨੂੰ ਦਿੱਤਾ ਗਿਆ ਸਰ ਮੈਂ ਦੋ ਆਪਣੇ ਗੋਲਡ ਮੈਡਲ ਆ ਇੱਕ ਏਸ਼ੀਆ ਲੈਵਲ ਦਾ ਇੱਕ ਸਟੇਟ ਲੈਵਲ ਦਾ ਅਤੇ ਸਰ ਯੂ ਐੱਸ ਏ ਦਾ ਸਿਲੈਕਸ਼ਨ ਹੋਈ ਸੀ ਅਤੇ ਪ੍ਰਸਾਣ ਪੱਤਰ ਦਿੱਤਾ ਸੀ ਆਪਾਂ ਨੂੰ ਹਰਮੀਤ ਸਿੰਘ ਬਦਲੀਆ ਅਤੇ ਕਿਰਮ ਬਬਲਾ ਹੁੰਦਾ ਕੋਈ ਡਿਪਟੀ ਆਪਣਾ ਸੀ ਉਹਨਾਂ ਕੀਤਾ ਹੈ ਸਨਮਾਨਿਤ ਕੀਤਾ ਸੀ ਆਪਾਂ ਨੂੰ 15 ਅਗਸਤ 'ਤੇ ਅਤੇ ਉਹਨਾਂ ਵੱਲੋਂ ਸਾਨੂੰ 6 ਮਹੀਨੇ ਆਪਣੇ ਫੰਡ ਮਿਲਦਾ ਹੁੰਦਾ ਇਸ ਸਹੂਲਤ ਸਰਕਾਰਾਂ ਨੂੰ ਲੱਗੀ ਅਕਾਲੀ ਸਰਕਾਰ ਨੇ ਲਾਈ ਪਰ ਆ ਦੋ ਦੋਵੇਂ ਜਿਹੜੀਆਂ ਸਰਕਾਰਾਂ ਆਈਆਂ ਇਹਨਾਂ ਉਹ ਫੰਡ ਨੂੰ ਕੱਟ ਕੱਤੇ ਆ ਸਰ ਜਿਸ ਤਰ੍ਹਾਂ ਅੱਜ ਤੱਕ ਜਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਕੋਈ ਤੁਹਾਨੂੰ ਸਹੂਲਤ ਜਾਂ ਕਿਤੇ ਸੱਦ ਕੇ ਕੋਈ ਸਨਮਾਨਿਤ ਕੀਤਾ ਹੋਵੇ ਜਾਂ ਕੋਈ ਸਰਕਾਰੀ ਅਧਿਕਾਰੀ ਤੁਹਾਡੇ ਘਰ ਤੱਕ ਕਿਸੇ ਨੇ ਪਹੁੰਚ ਕੀਤੀ ਹੋਵੇ ਨਹੀਂ ਸਰ ਜਿਹੜਾ 15 ਅਗਸਤ 'ਤੇ ਜਿਹੜਾ ਸਨਮਾਨਿਤ ਕੀਤਾ ਤੁਹਾਨੂੰ ਪਛਾਣ ਪੱਤਰ ਦਿੱਤਾ ਤੁਹਾਨੂੰ ਮੈਂ ਅਤੇ ਉਹ ਤੋਂ ਇਲਾਵਾ ਕੋਈ ਸਨਮਾਨਿਤ ਨਹੀਂ ਕੀਤਾ ਕੋਈ ਸਰਕਾਰ ਦਰਬਾਰ ਕੋਈ ਸਾਡੇ ਕੋਲ ਨਹੀਂ ਆਇਆ ਬਸ ਇੰਨਾ ਕਹਿ ਦਿੰਦੇ ਤੁਹਾਨੂੰ ਨੌਕਰੀ ਦਿੰਦੇ ਅਪਲਾਈ ਦੇ ਦਿਓ ਐਪਲੀਕੇਸ਼ਨ ਦੇ ਦੀ ਸਰ ਬਾਏ ਕੋਈ ਪੁੱਛਦਾ ਨਹੀਂ ਜਿਸ 'ਤੇ 6 ਫੁੱਟ ਅਤੇ 4 ਇੰਚ ਕੱਦ ਆ ਤੁਹਾਡਾ ਹਾਂਜੀ ਹਾਂਜੀ ਕੱਦ ਦੇ ਹਿਸਾਬ ਨਾਲ ਤੁਸੀਂ ਪੰਜਾਬ ਦਾ ਪੂਰਾ ਨਾਂ ਰੋਸ਼ਨ ਕੀਤਾ ਹੈ ਤਰਨ ਤਾਰਨ ਜ਼ਿਲ੍ਹੇ ਦਾ ਖਾਸ ਕਰਕੇ ਪਰ ਸਰਕਾਰਾਂ ਦੀ ਨਲਾਇਕੀ ਆਪਾਂ ਕਹਿ ਸਕਦੇ ਹਾਂ ਜਾਂ ਸਰਹੱਦੀ ਇਲਾਕੇ ਨਾਲ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ ਸਰ ਕਹਿ ਹੀ ਸਕਦੇ ਆਪਾਂ ਸਰ ਵਿਕਤਰਾ ਹੀ ਇੱਕ ਹਿਸਾਬ ਦਾ ਸਰ ਇੱਥੇ ਆਪਣੇ ਇਲਾਕਾ 'ਚ ਚੋਟੀ ਦੇ ਪਲੇਅਰ ਰਹੇ ਆ ਪਰ ਹੁਣ ਕੋਈ ਸਰਕਾਰ ਕੋਈ ਅਕੈਡਮੀ ਕੋਈ ਕੋਈ ਸਹੂਲਤ ਦੇ ਨਹੀਂ ਡੀ ਸਰਕਾਰ ਨੂੰ ਚਾਹੀਦਾ ਕਿ ਪਿੰਡ ਪਿੰਡ ਸਰਹੱਦੀ ਇਲਾਕਿਆਂ 'ਚ ਜ਼ਿਆਦਾਤਰ ਆਪਣੀ ਅਕੈਡਮੀ ਖੋਲ੍ਹਣ ਕੋਚ ਵਧੀਆ ਦਿੱਤਾ ਜਾਵੇ ਆਪਣਾ ਫੰਡ ਦੇਣ ਇਹਨਾਂ ਨੂੰ ਮਿਹਨਤ ਲਵਾਉਣ ਲਈ ਇਹਨਾਂ ਸਪੋਰਟਸ ਵਾਲੇ ਧਿਆਨ ਦੇਣ ਜੇ ਰੁਜ਼ਗਾਰ ਨਹੀਂ ਦੇ ਸਕਦੇ ਚਲੋ ਆਪਣਾ ਅਕੈਡਮੀ ਖੋਲ੍ਹਣ ਬੱਚੇ ਧਿਆਨ ਦੇਣ ਉਲਟ ਪਾਸੇ ਗਲਤ ਪਾਸੇ ਨਾ ਜਾਣ ਬੱਚੇ ਕੋਈ ਤਾਂ ਰਹਿੰਦੇ ਹੁੰਦੇ ਮੋਬਾਈਲ ਖਾ ਕੇ ਕੋਈ ਨਸ਼ੇ ਲੈ ਕੇ ਬਹਿ ਗਏ ਜੀ ਜਿੱਦਾਂ ਹੁਣ ਤੁਸੀਂ ਕਬੱਡੀ ਦੀ ਟ੍ਰੇਨਿੰਗ ਜਿਹੜੀ ਦੇ ਰਹੇ ਹੋ ਕਿ ਅਕੈਡਮੀ ਵਾਸਤੇ ਜਗ੍ਹਾ ਹੈ ਜਾਂ ਕਿਸੇ ਦੀ ਜਗ੍ਹਾ 'ਤੇ ਦੇ ਰਹੇ ਹੋ ਜਾਂ ਗਰੀਬ ਘਰ ਦੇ ਜਿਹੜੇ ਬੱਚੇ ਆ ਉਹ ਤੁਹਾਡੇ ਨਾਲ ਜੁੜੇ ਆ ਸਰ ਅਕੈਡਮੀ ਜਗ੍ਹਾ ਆਪਣੇ ਪਿੰਡ 'ਚ ਗਰਾਊਂਡ ਹੈ ਨਹੀਂ ਸਰ ਕੋਈ ਪੁੱਜਣ ਵਾਲੇ 'ਚ ਝਬਾਲ ਸਟੇਡੀਅਮ 'ਚ ਗਰਾਊਂਡ ਹੈਗੀ ਉੱਥੇ ਵੱਖਰੀ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗਰਾਊਂਡ ਤਿਆਰ ਕੀਤੀ ਆ ਕਿਸੇ ਸਰਪੰਚ ਮੈਂਬਰ ਕਿਸੇ ਨੇ ਸਾਡੀ ਬਾਣੀ ਪੜ੍ਹੀ ਚਲੋ ਗਰੀਬ ਵਰਗ ਦੇ ਬੱਚੇ ਹੀ ਨਾਲ ਜਿੰਨੇ ਯੋਗਾ ਹੈਗਾ ਮੈਂ ਮਦਦ ਕਰਦਾ ਅਤੇ ਬਾਕੀ ਚਲੋ ਕੋਈ ਆਪਣੇ 2-4 ਭਰਾ ਹੈਗੇ ਇੱਥੋਂ ਮੁੰਡਾ ਆਪਣਾ ਲਾਡੀ ਹੈਗਾ ਬੁਰਜ ਦਾ ਉਹ ਵੀ ਬਹੁਤ ਸਪੋਰਟ ਕਰਨ ਡਿਆ ਨਾਲ ਆਪਣੇ ਨਾਲ ਹਾਂਜੀ ਅਤੇ ਮੈਂ ਚਾਹੁੰਦਾ ਕਿ ਇਹ ਗਰੀਬ ਵਰਗ ਦੇ ਬੱਚੇ ਉੱਠਣ ਅਤੇ ਤਾਂ ਜਾਣ ਕਿਉਂਕਿ ਗਰੀਬ ਬੱਚੇ ਆ ਤੁਹਾਨੂੰ ਪਤਾ ਅੱਜ ਕੱਲ੍ਹ ਕਈ ਇਹੋ ਕਰੇ ਗਏ ਜਿੰਨਾ ਵਿਚਾਰਿਆਂ ਘਰ 'ਚ ਇੱਕ ਕਮਰਾ ਆਪਣਾ ਗੁਜ਼ਾਰਾ ਕਰਨ ਦੇ ਤੁਹਾਨੂੰ ਪਤਾ ਭਲਵਾਨ ਤਿਆਰ ਕਰਨਾ ਸੌਖੀ ਗੱਲ ਥੋੜ੍ਹਾ ਖੁਰਾਕ ਚਾਹੀਦੀ ਹਾਂਜੀ ਸਾਨੂੰ ਪਤਾ ਲੱਗਾ ਸੀ ਕਿ ਕੁਝ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਇੱਥੋਂ ਤੱਕ ਕਿ ਟੀਕੇ ਵੀ ਲਾਉਣ ਲੱਗ ਪਏ ਸਨ ਉਹਨਾਂ ਨੂੰ ਤੁਸੀਂ ਆਪਣੇ ਕੋਲ ਰੱਖ ਕੇ ਆਪਣੇ ਕੋਲੋਂ ਖਰਚਾ ਕਰਕੇ ਜਿਹੜੀ ਖੁਰਾਕ ਦਿੰਦੇ ਹੋ ਅਤੇ ਕਬੱਡੀ ਦੀ ਕੋਚਿੰਗ ਦੇ ਰਹੇ ਹੋ ਹਾਂਜੀ ਸਰ ਆਪਣੇ ਕੋਲ ਆਇਆ ਮੁੰਡਾ ਪਵਨਦੀਪ ਸਰਾਂ ਦਾ ਉਹਦਾ ਹਾਲਤ ਬਹੁਤ ਹੀ ਨਸ਼ੇ ਨੁਸ਼ੇ ਕਰਨ ਡਿਆ ਪਿਆ ਇੰਜੈਕਸ਼ਨ ਇੰਜੂਕਸ਼ਨ ਲਾਉਣ ਡਿਆ ਪਿਆ ਸੀ ਹੁਣ ਉਹ ਮੁੰਡਾ ਆਪਣੇ ਕੋਲ ਰਹਿੰਦਾ ਇੱਥੇ ਅਤੇ ਇਹ ਵਕਤ ਉਹ ਮੁੰਡਾ ਵੇਖੋ ਬੈਠਾ ਆਪਣੇ ਕੋਲ ਇਹ ਪੂਰਾ ਤਿਆਰ ਆ ਕਬੱਡੀ ਖੇਡਣ ਡਿਆ ਕੋਈ ਨਸ਼ਾ ਨਹੀਂ ਭਾਵੇਂ 20 ਦਿਨ ਭਾਵੇਂ 25 ਦਿਨ ਆਪਣੇ ਕੋਲ ਬੰਦਾ ਕੋਈ ਰੱਖ ਕੇ ਵੇਖ ਲਏ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਆ ਅਤੇ ਇਹੋ ਨਸ਼ਾ ਛੱਡ ਚੁੱਕਾ ਅਤੇ ਆਪਣੀ ਮਿਹਨਤ ਲਾਉਣ ਡਿਆ ਅਤੇ ਆਪਾਂ ਇਹਨੂੰ ਖੁਰਾਕ ਵੀ ਦਿੰਦੇ ਹਾਂ ਅਤੇ ਥੱਲੇ ਆਪਾਂ ਜਿੰਮ ਦਾ ਸਮਾਨ ਲਿਆ ਕੇ ਰੱਖਿਆ ਕਮਰੇ 'ਚ ਅਤੇ ਆਪਣਾ ਜਿੰਮ ਲਾਓ ਅਤੇ ਆਪਣੀ ਮਿਹਨਤ ਕਰੋ ਸਰ ਇਹ ਸਾਡੇ ਨਾਲ ਇੱਕ ਹੋਰ ਵੀ ਵੀਰ ਮੌਜੂਦ ਆ ਵੀਰ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਂ ਦੱਸਿਓ ਫਿਰ ਇਹ ਦੱਸਿਓ ਕਿ ਬਲਬੀਰ ਸਿੰਘ ਮੱਲਾ ਜੀ ਤੁਹਾਡੇ ਵਾਸਤੇ ਇੰਨੀ ਸਪੋਰਟ ਕਰ ਰਹੇ ਆ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਜੇ ਜਾਂ ਕੀ ਨਾਰਾਜ਼ਗੀ ਸਰਕਾਰ ਦੇ ਨਾਲ ਵੀਰ ਜੀ ਮੇਰਾ ਨਾਂ ਜਤਿੰਦਰ ਸਿੰਘ ਹੈ ਜੀ ਮੈਂ ਪਿੰਡ ਝਬਾਲ ਤੋਂ ਹਾਂ ਜੀ ਸਰਕਾਰ ਕੋਲੋਂ ਵੀਰ ਜੀ ਮੰਗ ਇਹੀ ਆ ਕਿ ਸਾਡੀ ਗਰਾਊਂਡ ਨੂੰ ਵਧੀਆ ਮਤਲਬ ਕਿ ਬਣਾਇਆ ਜਾਵੇ ਸਾਡੀ ਗਰਾਊਂਡ ਦੇ ਵਿੱਚ ਹਰ ਇੱਕ ਸਹੂਲਤ ਮਿਲਣੀ ਚਾਹੀਦੀ ਜੀ ਜਿੰਨੇ ਵੀ ਸਾਡੇ ਗਰਾਊਂਡ ਦੇ ਵਿੱਚ ਮੁੰਡੇ ਆਉਂਦੇ ਜੀ ਉਹਨਾਂ ਨੂੰ ਥੋੜ੍ਹੀ ਬਹੁਤੀ ਖੁਰਾਕ ਦਿੱਤੀ ਜਾਵੇ ਕਿ ਮਿਹਨਤ
चलो भाजी नहीं अपने कोलों बहुत कर रहे हैं कि जिन्ना का अपने कोलों भाजी नहीं देंदे आ बहुत ज़्यादा साढ़े वास्ते, पर असी फिर भी साढ़े घर रुजगार एक एक भी जिदा भी चलता वा थोड़ा थोड़ा अं अपना करते हैं नाल। सरकार तो यही मांग है कि सानू वध तो वध सहूलत दी जाए। सर मैं एन आर आई भरावों नू ते जिहड़ी संस्था इन्हां नू बेनती करना चाहुंदा कि चलो ज़्यादा अपना जो आप बाकी संस्था मदद करते हैं कि पिंड पिंड चलीए उत्थे आप एक ग्राउंड देिए एक कोच दीए जी स्पोर्ट्स लोगों बच्चों का ध्यान दीए। ये सरकार इनू करदा संस्था को कि मेरे नंबर ना मेरे कनैक्ट कर ते जिनी सपोर्ट कर सकते करन ताकि मैं बच्चों इन्हों गां लै जा सकां। मतलब जी एक आखरी सवाल, अजकल नशियां दे छेवें दरिया करके कोई भी नौजवान जड़ा है 6 फुट के करीब नहीं जाता, क्यों साड़ी अजकल दी जड़ी पीढ़ी आ बिल्कुल मदरी रह गई है। इन्ना कद पाया सरकार ने कोई कदर नहीं पाई इस चीज़ की। सरकार ने कोई कदर नहीं पाई, सरकार सर अज तुहानूं पता ही है वेखो कोई इत्थे पुलिस वाले खलोते होंगे वर्दी ऐ लगती है डंडे टंगी होंगी है तो उन्होंने चपेड़ मारिया मेरे दंदल पै है सरकार उन्होंने पैसे चक्कर उन्होंने नौकरी दी है तो जोड़े स्पोर्ट्समैन चंगे प्लेयर वो सड़क रुलते फिरते सर सर सरकार प्लेयर बारे कोई नहीं सोचती सर तो फिर तुम्हें पता प्लेयर जरा इन्ना त मेहनत की हुए मंजिला मेरे बंदा टेंशन की करता तुम्हें पता तो बच्चे की करने जी। कबड्डी कितने कितने खेड के आए जी? सर कबड्डी मैं हरियाणा हिमाचल तो अपना इधर मानसा जिला सारे खेड गया उतों अपन मिले आ इनाम मिले ट्रॉफिया मिली। हाँ जी ये सन बलबीर सिंह मल्ला तो वह नौजवान जेडे नशे की छेव दलदल के बहर आए आ तो एक नव जरा जीवन तैयार किया है जिते उन्होंने सरकार के गिले किए आकार अपील भी की आ कि तुसा सब तो पहला चोणों तो पहला ये जरा पंजाब के लोगों का वादा किया कि सपोर्ट कोटे खेडा तो साड़ी सेहत तो सिक्ख्या जोड़ा पहल के आधार पर जोड़ा वो सानू सहूलत मिलनगियाँ उस सहूलत के तहत जोड़ा है ये माझे दे पूरे माझे दे कोई भी जी अकैडमी नहीं आ। इन्होंने ये भी बेनती की आ कि सानू कोई सरकारी जगह कितने भी होकैडमी बना के दी जाए ता जो साढ़े सरहदी इलाके के नौजवान नशे चो बहर आ गए तो चंकी कबड्डी खेड के नाल जुड़ सकन। तुसी देखते रहो रोजाना स्पोक्समैन, मैं हाँ जसवीर सिंह शीना तरन तारण।